ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ, ਅਦਾਬ ਔਰ ਨਮਸਕਾਰ। ਮੈਂ ਤੁਹਾਡਾ ਹੋਸਟ ਚਾਚਾ ਸਨਰੀ। ਦੋਸਤੋ, ਸਨੀ ਮਾਲਟਾ ਨੇ ਹੁਣ ਸਿੱਧੂ ਮੂਸੇਵਾਲਾ ਦੇ ਉੱਪਰ ਆਪਣਾ ਤੀਜਾ ਰਿਪਲਾਈ ਪਾ ਦਿੱਤਾ ਹੈ ਅਤੇ ਉਸਨੇ ਇਸ ਵਾਰ ਮੁੱਦਾ ਇਹ ਚੱਕਿਆ ਹੈ ਕਿ ਸਿੱਧੂ ਮੂਸੇਵਾਲੇ ਨੇ ਆਪਣੇ ਗਾਣੇ ਮਾਈ ਬਲੌਗ ਦਾ ਟੀਜ਼ਰ ਸਾਡੇ ਇੰਸਟਾਗ੍ਰਾਮ ਤੋਂ ਤਾਂ ਮਿੰਟਾਂ 'ਚ ਉਡਾਤਾ, ਹੁਣ ਆਪਦੇ ਯੂਟਿਊਬ ਚੈਨਲ ਤੋਂ ਕਿਉਂ ਨਹੀਂ ਉਡਾ ਰਿਹਾ? ਹਾਂਜੀ ਹਾਂਜੀ, ਕਿੱਦਾਂ, ਠੀਕ ਹੋ? ਇਹ ਖਾਸ ਵਾਲੀ ਗੱਲ ਕਰਨੀ ਸੀ ਕਿ ਜਿਹੜੇ ਬੰਦਿਆਂ ਨੇ ਸਾਡੇ ਇੰਸਟਾਗ੍ਰਾਮ ਤੋਂ ਟੀਜ਼ਰ ਉਡਾਤਾ 2 ਮਿੰਟਾਂ 'ਚੋਂ, ਹੁਣ ਆਪਦੇ ਖੁਦ ਦੇ ਯੂਟਿਊਬ ਚੈਨਲ ਤੋਂ ਮਾਈ ਬਲੌਗ ਦਾ ਗਾਣਾ ਨਹੀਂ ਡਿਲੀਟ ਹੋ ਰਿਹਾ। ਪਤਾ ਨਹੀਂ ਬ੍ਰੋ ਕਿਹੜੇ ਚੱਕਰਾਂ 'ਚ ਪਿਆ ਤੁਸੀਂ, ਬਟ ਲੋਕਾਂ ਨੂੰ ਐਵੇਂ ਨਾ ਪਾ ਕੇ ਬਣਾਓ। ਇੱਕ ਗੱਲ ਹੋਰ ਕਿ ਆਉਂਦਾ ਕਿ ਗਾਣਾ ਆਟੋ ਜਨਰੇਟਡ ਆ, ਯੂਟਿਊਬ ਨੇ ਕੀਤਾ ਆਪੇ। ਗਾਣੇ ਨੂੰ ਲੀਕ ਹੋਣ 2 ਮਹੀਨੇ ਹੋ ਗਏ, ਉਦੋਂ ਤਾਂ ਯੂਟਿਊਬ ਨੇ ਆਪ ਆਟੋ ਜਨਰੇਟ ਕੀਤਾ ਨੀਗਾ। ਹੁਣ ਜਦੋਂ ਦੀ ਅਸੀਂ ਗੱਲ ਛੇੜੀ ਹੈ, ਹੁਣ ਆਪ ਹੀ ਯੂਟਿਊਬ ਨੇ ਪਤਾ ਨਹੀਂ ਕਿਵੇਂ ਪਰ ਕਰ ਲਿਆ, ਜਿਵੇਂ ਆਉਂਦੇ ਆ ਹੁਣ ਆਟੋ ਜਨਰੇਟਡ ਹੋ ਗਿਆ। ਅਤੇ ਫਿਰ ਤੁਸੀਂ ਉਹਨੇ ਅਸੀਂ ਗਲਤ ਹੈ। ਦੋਸਤੋ, ਦੂਸਰੇ ਪਾਸੇ ਸਨੀ ਮਾਲਟਾ ਨੇ ਕਨਵਰ ਗਰੇਵਾਲ ਨਾਲ ਇੱਕ ਫੋਟੋ ਸ਼ੇਅਰ ਕੀਤੀ ਹੈ ਜਿਸ ਵਿੱਚ ਇੱਦਾਂ ਲੱਗਦਾ ਹੈ ਕਿ ਇਹ ਦੋਨੋਂ ਹੁਣ ਇਕੱਠੇ ਹੋ ਗਏ ਹਨ। ਅਤੇ ਦੋਸਤੋ, ਕਨਵਰ ਗਰੇਵਾਲ ਉਹੀ ਬੰਦਾ ਹੈ ਜਿਸ ਨੇ ਸਿੱਧੂ ਮੂਸੇਵਾਲੇ ਕਰਕੇ ਗੋਲੀ ਖਾਧੀ ਸੀ ਅਤੇ ਉਸਨੂੰ ਮਿਊਜ਼ਿਕ ਇੰਡਸਟਰੀ ਵਿੱਚ ਹਿੱਟ ਕਰਵਾਇਆ ਸੀ। ਸੋ ਦੋਸਤੋ, ਅੱਜ ਦੇ ਲਈ ਇੰਨਾ ਹੀ। ਅਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਇੱਦਾਂ ਦੀ ਹੋਰ ਨਾ ਵੀਡੀਓ ਦੇਖਣ ਲਈ ਸਾਡੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ।